अलैकुम भाई जान, आप देख रहे हैं YouTube चैनल हफ्साबादी। उम्मीद है कि आप सब लोग खैरियत से होंगे। आप से गुजारिश है कि जिन लोगों ने हमारा चैनल सब्सक्राइब नहीं किया हुआ, वो इसे सब्सक्राइब करें और वीडियो देखकर लाइक करें, शेयर करें, कमेंट लाजमी दें। साहब की दावत आई उते पीर सैयद इमरान शाह साहब चाचू जी भी तशरीफ फरमा हन और उते सियाल शरीफ वाले पीर साहिबान भी आए हुए, उते करमा वाला शरीफ तू भी पीर साहिबान आए हुए और उते जनाब होर भी काफी उलमा और मशाइख दी जड़ी है वो दावत आई। मैनू भी उते बुलाया गया, मैं भी उते हाजिर होया। वो सारी जड़ी कॉन्फ्रेंस आई पीर भाईओ, वो सारी दी सारी जड़ी कॉन्फ्रेंस आई ओ तहरीके लबई की या रसूल अल्लाह अलामा साद हुसैन रिजवी दी हमायत चाहिए ते हकूमत दे मुखालिफ आई। जितने पीर साहिबान ने मैं ता हैरान, माशाल्लाह मैनु खुशी हुई कि चलो मेरा भी उन्होंने विच शुमार। के सब तू पहले एथे प्रेस कॉन्फ्रेंस हुई साड़ी दरबार शरीफ ते, फिर उस तू बाद दूसरी जड़ी कॉन्फ्रेंस हुई ਉਹ ਉੱਥੇ ਹੋਈ ਕੀ ਨਾਮ ਹੈ ਪਾਕ ਪਤਨ ਸ਼ਰੀਫ ਦੇ ਵਿੱਚ, ਔਰ ਉਹਦੇ ਵਿੱਚ ਮਸ਼ਾਇਖ ਦੇ ਵਿੱਚੋਂ ਚੰਦ ਮਸ਼ਾਇਖ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਤਹਿਰੀਕੇ ਲਬੈਕ ਦੀ ਹਮਾਇਤ ਕੀਤੀ ਔਰ ਹਕੂਮਤ ਦੇ ਖਿਲਾਫ ਇਹਨਾਂ ਨੇ ਬਿਆਨ ਦਿੱਤੇ। ਹਕੂਮਤ ਨੂੰ ਇਹਨਾਂ ਨੇ ਦੱਸਿਆ ਕਿ ਤੁਸੀਂ ਗਲਤ ਕੀਤਾ ਹੈ, ਤੁਸਾਂ ਜ਼ੁਲਮ ਕੀਤਾ ਹੈ, ਨਬੀ ਕਰੀਮ ਸੱਲੱਲਾਹੁ ਅਲੈਹਿ ਵਅਲਿਹਿ ਵਸੱਲਮ ਦੇ ਗੁਲਾਮਾਂ ਤੇ ਤੁਸਾਂ ਜ਼ੁਲਮ ਕੀਤਾ ਹੈ ਔਰ ਆਪਣੀ ਹੱਕ ਦੀ ਆਵਾਜ਼ ਬੁਲੰਦ ਕੀਤੀ। ਬੜੀ ਮੈਨੂੰ ਖੁਸ਼ੀ ਹੋਈ, ਅਸੀਂ ਆਪਣਾ ਮੌਕਫ ਉੱਥੇ, ਸਾਡੀਆਂ ਤਕਰੀਰਾਂ ਵੀ ਇੰਟਰਨੈਟ ਤੇ ਮੌਜੂਦ ਹਨ ਜਿਹੜੀ ਮੈਂ ਉੱਥੇ ਤਕਰੀਰ ਕੀਤੀ, ਜਿਹੜੀ ਕੋਟ ਮਿੱਠਨ ਸ਼ਰੀਫ ਦੇ ਸਜਾਦਾ ਨਸ਼ੀਨ ਸਾਹਿਬ ਨੇ ਕੀਤੀ, ਦੀਵਾਨ ਸਾਹਿਬ ਨੇ ਕੀਤੀ, ਆਪਣਾ ਉੱਥੇ ਪੀਰ ਸੈਯਦ ਇਮਰਾਨ ਸ਼ਾਹ ਸਾਹਿਬ ਮੇਰੇ ਚਾਚੂ ਜੀ ਨੇ ਆਪਨੇ ਫਰਮਾਈ ਜਿਹੜੀ ਗੁਫ਼ਤਗੂ, ਹੋਰ ਦੀਗਰ ਕਰਮਾ ਵਾਲਾ ਸ਼ਰੀਫ ਤੋਂ ਜਿਹੜੇ ਪੀਰ ਸਾਹਿਬ ਨਬੀਲੁਰ ਰਹਿਮਾਨ ਸਾਹਿਬ ਤਸ਼ਰੀਫ ਲੈ ਕੇ ਆਏ ਹਨ, ਹੋਰ ਜਿਹੜੇ ਉਲਮਾ ਹਨ, ਉਹਨਾਂ ਨੇ ਸਾਰਿਆਂ ਨੇ ਆਪਣੀ ਗੁਫ਼ਤਗੂ ਕੀਤੀ ਔਰ ਉਸ ਦਾ ਸਾਰਾ ਮੌਕਫ ਕੀ ਆਈ ਕਿ ਹਮਾਇਤ ਕੀਤੀ ਤਹਿਰੀਕੇ ਲਬੈਕ ਪਾਕਿਸਤਾਨ ਦੀ, ਅਲਾਮਾ ਸਾਦ ਹੁਸੈਨ ਰਿਜ਼ਵੀ ਔਰ ਤਮਾਮ ਮੇਰੇ ਆਕਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਾਲਿਹਿ ਵਸੱਲਮ ਦੇ ਗੁਲਾਮਾਂ ਤੇ ਜੋ ਜ਼ੁਲਮ ਹੋਇਆ, ਜੋ ਜਬਰ ਹੋਇਆ ਹਕੂਮਤ ਦੀ ਤਰਫੋਂ, ਉਸ ਦਾ ਜਵਾਬ ਦਿੱਤਾ ਗਿਆ, ਇਹਨਾਂ ਦੀ ਹਮਾਇਤ ਕੀਤੀ ਗਈ। ਅੱਛਾ ਜੀ, ਅਸੀਂ ਉੱਥੋਂ ਨਿਕਲੇ, ਅਫਤਾਰੀ ਹੋਈ, ਅਫਤਾਰੀ ਤੋਂ ਬਾਅਦ ਮੈਂ ਜਨਾਬ ਰਾਤ ਨੂੰ ਇੱਥੇ ਪਹੁੰਚਿਆ ਤੇ ਮੈਨੂੰ ਇੱਕ ਵਟਸਐਪ ਤੇ ਇੱਕ ਲਿੰਕ ਦੀਵਾਨ ਸਾਹਿਬ ਨੇ ਸੈਂਡ ਕੀਤਾ। ਮੈਂ ਉਹ ਲਿੰਕ ਖੋਲਿਆ ਤੇ ਯੂਟਿਊਬ ਦਾ ਉਹ ਲਿੰਕ ਆਈ ਤੇ ਜਿਸ ਵੇਲੇ ਮੈਂ ਖੋਲਿਆ ਤੇ ਇੱਕ ਐਂਕਰ ਹੈ ਮੁਬਸ਼ਰ ਲੁਕਮਾਨ, ਉਹਨੇ ਜਨਾਬ ਕੀ ਕੀਤਾ, ਉਹਨੇ ਇੱਕ ਉਹਨੇ ਫਿਤਨਾ ਉਸ ਦੇ ਅੰਦਰ ਪੈਦਾ ਕੀਤਾ। ਉਹਨੇ ਆਖੇ ਉਹਨੇ ਇੱਕ ਆਪਣੀ ਵੀਡੀਓ ਬਣਾ ਕੇ ਆਪਣੇ ਉਹ ਯੂਟਿਊਬ ਚੈਨਲ ਤੇ ਉਹਨੇ ਚੜਾ ਦਿੱਤੀ। ਉਹਨੇ ਆਖਿਆ ਜੀ ਕਿ ਇਹ ਜਿਹੜੀ ਜਿਹੜੀ ਕਾਨਫਰੰਸ ਹੋਈ ਹੈ, ਜਿਹੜੇ ਪੀਰ ਇਕੱਠੇ ਹੋਏ ਹਨ, ਇਹ ਜਨਾਬ ਤਹਿਰੀਕੇ ਲਬੈਕ ਦੇ ਮੁਖਾਲਿਫ ਇਕੱਠੇ ਹੋਏ ਹਨ। ਅੱਛਾ ਜੀ, ਉਹ ਤਾਂ ਉਹਨੇ ਕੋਈ ਉਹ ਤਾਂ ਵੀਡੀਓ ਜਿਹੜੀ ਆਈ ਉਹ ਕਈ ਲੱਖ ਲੋਕਾਂ ਨੇ ਵੇਖ ਲਈ, ਮਤਲਬ ਉਹ ਇੱਕ ਪਤਾ ਨਹੀਂ ਕਿਹੜੇ ਚੈਨਲ ਤੇ ਉਹ ਹੈ, ਮੁਬਸ਼ਰ ਲੁਕਮਾਨ ਉਹਦਾ ਪ੍ਰੋਗਰਾਮ ਚੱਲਦਾ ਹੈ। ਉਹਨੇ ਜਨਾਬ ਉਹ ਵੀਡੀਓ ਬਣਾ ਦਿੱਤੀ, ਉਹ ਜਨਾਬ ਨਾਲੇ ਉਹਨੇ ਕਿਹਾ ਕਿ ਮੇਰੀ ਜਿਹੜੀ ਚਿੜੀਆ ਹੈ ਉਹਨੇ ਮੈਨੂੰ ਇਹ ਵੀਡੀਓ ਲਿਆ ਕੇ ਦਿੱਤੀ ਹੈ। ਔਰ ਉਸ ਵੀਡੀਓ ਦੇ ਵਿੱਚ ਕੁਝ ਵੀ ਨਹੀਂ, ਤਕਰੀਰਾਂ ਪੀਰਾਂ ਦੀਆਂ ਨਹੀਂ, ਤਕਰੀਰਾਂ ਦੇ ਵਿੱਚ ਤਾਂ ਹਮਾਇਤ ਹੁੰਦੀ ਪਈ ਆਈ, ਮੁੜ ਤਾਂ ਸੱਚ ਸਾਹਮਣੇ ਆ ਜਾਣ ਆਈ। ਉਹ ਜਨਾਬ ਇਸ ਤਰ੍ਹਾਂ ਹੋਇਆ ਕਿ ਉਹਨੇ ਆਖੇ ਜੀ ਮੇਰੀ ਚਿੜੀਆ ਮੈਨੂੰ ਲਿਆ ਕੇ ਦਿੱਤੀ ਹੈ ਤੇ ਵੀਡੀਓ ਕਿਸੇ ਕੋਲ ਹੋਲ ਹੈ ਹੀ ਨਹੀਂ, ਹਾਲਾਂਕਿ ਹਰ ਬੰਦੇ ਕੋਲ, ਪੀਰ ਭਾਈਆਂ ਕੋਲ, ਸਾਡਿਆਂ ਕੋਲ ਇੰਟਰਨੈਟ ਤੇ ਸਾਰੀਆਂ ਤਕਰੀਰਾਂ ਚੜੀਆਂ ਹੋਈਆਂ ਨੇ। ਮੈਂ ਬੜਾ ਹੈਰਾਨ ਹੋਇਆ ਕਿ ਇਹ ਕੀ ਹੋਇਆ, ਬੜਾ ਮੈਂ ਪਰੇਸ਼ਾਨ ਹੋਇਆ। ਫਿਰ ਮੈਂ ਇਸ ਤੇ ਦੀਵਾਨ ਸਾਹਿਬ ਨਾਲ ਵੀ ਗੱਲ ਕੀਤੀ, ਹੋਰ ਵੀ ਸਾਰੇ ਮਸ਼ਾਇਖ ਨਾਲ ਗੱਲ ਕੀਤੀ, ਸਾਡੀਆਂ ਜਿਹੜੀਆਂ ਤਕਰੀਰਾਂ ਹਨ ਉਹ ਵੀ ਜਨਾਬ ਦੁਬਾਰਾ ਤੋਂ ਸ਼ੇਅਰ ਕੀਤੀਆਂ ਗਈਆਂ, ਦੁਬਾਰਾ ਜਿਹੜੇ ਲੋਕ ਹਨ ਉਹਨਾਂ ਨੂੰ ਦਿੱਤੀਆਂ ਗਈਆਂ, ਤੇ ਮੈਂ ਬੜਾ ਹੈਰਾਨ ਹੋਇਆ। ਤੇ ਮੈਂ ਇਸ ਗੱਲੋਂ ਹੈਰਾਨ ਹੋਇਆ ਕਿ ਇੱਕ ਗੱਲ ਹੈ ਹੀ ਨਹੀਂ, ਉਹਨੂੰ ਕੀਤਾ ਕਿਉਂ ਇਸ ਬੰਦੇ ਨੇ, ਤੇ ਪਤਾ ਚੱਲਿਆ ਕਿ ਇਹ ਉਹ ਲੋਕ ਹਨ। ਮੈਨੂੰ ਹਾਲੀ ਤੱਕ ਨਹੀਂ ਸਮਝ ਆ ਰਹੀ ਕਿ ਉਹਨੇ ਕਿਉਂ ਕੀਤੀ। ਕਿਹੜੀ ਅਜੀਬ ਗੱਲ ਹੈ ਕਿ ਜੇ ਮੌਲਵੀ ਸਾਹਿਬਾਨ, ਉਲਮਾਏ ਕਰਾਮ ਔਰ ਪੀਰਾਨੇ ਉਜ਼ਾਮ ਅਗਰ ਨਾਮੂਸੇ ਰਸਾਲਤ ਦੇ ਉੱਤੇ ਇਕੱਠੇ ਹੁੰਦੇ ਪੈਣ, ਖਤਮੇ ਨਬੂਵਤ ਦੇ ਮਸਲੇ ਤੇ ਇਕੱਠੇ ਹੋ ਕੇ ਜਦੋਜਹਿਦ ਕਰਦੇ ਪੈਣ, ਤੇ ਭਲਾ
एक फितना अगर ये पैदा होता है तो इन्हों का की मकसद है? इनका मतलब है कि अहले सुन्नत को ये नुकसान पहुंचावना चाहते हैं। इस चीज की बड़ी तकलीफ हुई तो मैं वो जिक्र इस वास्ते करता पाया कि जेडे पीर भाई तुसी की नाम है अपना सोशल मीडिया यूज करते हो, फेसबुक यूज करते हो, यूट्यूब यूज करते हो, उन्होंने मेरी गुजारिश है कि मेरे नाम से कोई इंटर फेसबुक से कोई ऑफिशियल मेरा पेज नहीं आई, लेकिन हूँ वो बना दिता गया है, तो लिहाजा वो जिहड़े अपने ग्रुप ने उन्होंने उसनू लाइक भी करो, उसनू शेयर भी करो, ताकि जेडे अपने सही मौकफ हैं वो सामने आवन। और ये लोग जेडे हैं इन्हों का जवाब दो, वो जिहड़ी जिहड़ियां पीर साहिबान दियां उत्थे तकरीरां हैं जिंदे विच उन्हां तहरीके लबैक की हमायत की है, तो हकूमत नूं उन्होंने मुखालिफ बयानात दित्ते, वो तकरीरां शेयर करो ताकि फितना जिहड़ा है इसनूं कवर किया जाए। अल्लाह ताला अपने प्यारे हबीब दा सदका करम फरमावे। मैं बड़ा हैरान होया, सारे बड़े परेशान के एक गल है ही कोई नहीं, बना किवें दित्ती उन्हें। लेकिन वेखो उस वीडियो दे विच उन्हें ये नहीं चलाया कि पीर गल की करते पैण, गल तो करते पैण नमूसे रिसालत की खत्मे नबूत की, इन्हों की हमायत ही तहरीके लबैक की हमायत। मैनू याद है 2017 के अलामा खादिम हुसैन रिजवी अमीरुल मुजाहिदीन ने जो पहला धरना फैजाबाद का दिता आई, तो उत्थे कोई 9 दिन उत्थे सड़क से असी सौंदे रहे। किस खातिर सौंदे रहे? की मजबूरी आई? खत्मे नबूत के तहफुज की खातिर अपनी जाना कुरबान करने वास्ते उत्थे असी गए, और नमूसे रसालत की खातिर। भला ये कैसे लोग हैं जेडे फितना पैदा कर दें? अल्लाह ताला अमल की तौफीक अता फरमाए, अल्लाह ताला इन्हां फितनियां तो अहले सुन्नत नूं बचाए, और अल्लाह ताला मेरे आका हुजूर नबी पाक सल्लल्लाहु अलैहि वसल्लम दे तमाम गुलामां नूं अल्लाह ताला अपनी पनाह च रखे, और जिहड़ी ये साड़ी जदोजहद है नमूसे रिसालत दी, खत्मे नबूत दी, अल्लाह करीम सानू इस जदोजहद के अंदर कामयाबी अता फरमाए। एक बारी नारा लावणा है, लबैक 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 ताजदारे खत्मे नबूवत, ताजदारे खत्मे नबूवत, ताजदारे खत्मे नबूवत। अल्लाह ताला करम फरमाए, अल्लाह ताला खास मेहरबानी फरमाए। ये नारा वो नारा है जेड़ा साडा सब दा है, हर मुसलमान दा है, हर मेरे आका दे गुलाम दा है। और फ्रांस दे सफीर नूं हुण वेखो ना, यही काम हुकूमत ने पहले भी करना है, लेकिन इन्हों शर्म नहीं आई कि इन्हें 80 तो ज्यादा नौजवान जेडे हाफजे कुरान आलमे दीन उन्होंने शहीद किया जो नारे लेंदे पे आन लबई की आ रसूल अल्लाह दे, ताजदारे खत्मे नबूत के नारे लेंदे पे आन। इस वास्ते 12-12 साल के बच्चों इन्होंने गोलियां मारियां, तो यह काम उन्होंने जुलम करने तो पहले भी कर लेना हा, लेकिन यह जुलम करने तो बाद इन्होंने किया। इमरान खान नूं मैं पैगाम देवां कि इनके उत्ते अल्लाह का जवाल आ गया, जिवें नवाज शरीफ ते आया, क्योंकि साड़ी तो कोई जमात नहीं, को मेरी जमात है कभी मैं आख्या फलाने नूं वोट दियो फलाने नूं ना दियो? साड़े लीडर कौन हैं? साड़े लीडर हैं आका मुहम्मद मुस्तफा, साड़े लीडर तो हैं सबज गुंबद वाले नबी पाक सल्लल्लाहु अलैहि वसल्लम, साड़े लीडर तो हैं। सानू तो वो बंदा चंगा लगता है जेड़ा सरकार दी इज्जत दी गल करे, हुजूर दी नामूस दी गल करे, हुजूर दी खत्मे नबूवत दी गल करे, वो साड़ा लीडर है, साड़ा और कोई लीडर नहीं। अल्लाह ताला अमल दी तौफीक अता फरमाए।